ਹਾਂਜੀ, ਮੇਰੇ ਸਾਰੇ ਦੋਸਤਾਂ ਨੂੰ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਆਪਾਂ ਥੋੜ੍ਹੀ ਜਿਹੀ ਗੱਲ ਕਰਨੀ ਆ ਵੀ ਜਿਹੜੇ ਸਾਡੇ ਵੀਰ ਸਾਈਪ੍ਰਸ ਦੇ ਵਿੱਚ ਡੋਮੈਸਟਿਕ ਵਰਕਰ 'ਤੇ ਆਏ ਹੋਏ ਆ, ਜਿਨ੍ਹਾਂ ਦਾ ਘਰਾਂ ਦਾ ਵੀਜ਼ਾ ਆ, ਕੀ ਉਹ ਆਪਣਾ ਜਿਹੜਾ ਵੀਜ਼ਾ ਉਹ ਚੇਂਜ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ? ਕਿਉਂਕਿ ਇਸ ਜਿਹੜਾ ਵੀਜ਼ਾ ਆ, ਇਸ ਵੀਜ਼ੇ ਦੇ ਉੱਤੇ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਆ ਜਾਂ ਫੋਨ ਕਾਲ ਵੀ ਸਾਡੇ ਵੀਰ ਕਰਦੇ ਆ ਕਿ ਅਸੀਂ ਜਿਹੜਾ ਆ ਵੀ ਡੋਮੈਸਟਿਕ ਵਰਕਰ ਨੂੰ ਜਿਹੜਾ ਆ ਉਹ ਚੇਂਜ ਕਰ ਸਕਦੇ ਕਿ ਨਹੀਂ ਕਰ ਸਕਦੇ। ਅੱਜ ਜਿਹੜੀ ਆਪਾਂ ਵੀਡੀਓ ਸਾਰੀ ਇਹਦੇ ਉੱਤੇ ਕਰਨੀ ਆ, ਉਸ ਤੋਂ ਪਹਿਲਾਂ ਜਿੰਨੇ ਵੀ ਸਾਡੇ ਭੈਣ ਭਰਾ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਦੋਸਤੋ, ਹੁਣ ਆਪਾਂ ਗੱਲ ਕਰ ਲੈਂਦੇ ਹਾਂ ਵੀ ਜਿਹੜੇ ਸਾਡੇ ਭੈਣ ਭਰਾ ਡੋਮੈਸਟਿਕ ਵਰਕਰ 'ਤੇ ਆਏ ਹੋਏ ਆ। ਅਤੇ ਹੁਣ ਆਪਾਂ ਦੋਸਤੋ ਗੱਲ ਕਰ ਲੈਂਦੇ ਹਾਂ, ਕਿਉਂਕਿ ਕੱਲ੍ਹ ਮੈਂ ਜਦੋਂ ਵੀਡੀਓ ਕਰਨ ਲੱਗਾ ਸੀ ਅਤੇ ਥੋੜ੍ਹਾ ਜਿਹਾ ਫਿਰ ਮੈਨੂੰ ਟਾਈਮ ਨਹੀਂ ਮਿਲਿਆ, ਕਿਉਂਕਿ ਮੈਂ ਥੋੜ੍ਹਾ ਜਿਹਾ ਕਿਤੇ ਗਿਆ ਹੋਇਆ ਸੀ ਅਤੇ ਉਦੋਂ ਹੀ ਸਾਨੂੰ ਕਿਤੇ ਜਾਣਾ ਪੈ ਗਿਆ। ਇਸ ਕਰਕੇ ਉਹ ਵੀਡੀਓ ਸਟਾਰਟਿੰਗ ਤੋਂ ਜਿਹੜੀ ਤੁਸੀਂ ਦੇਖੀ ਆ ਉਹ ਵਿੱਚੇ ਰਹਿ ਗਈ ਸੀਗੀ, ਉਹ ਕੱਲ੍ਹ ਦੀ ਸੀਗੀ। ਅਤੇ ਆਪਾਂ ਉਹਦੇ ਵਿੱਚ ਗੱਲ ਕਰਨ ਲੱਗੇ ਸੀਗੇ ਵੀ ਜਿਹੜਾ ਸਾਈਪ੍ਰਸ ਦੇ ਵਿੱਚ ਜਿਹੜੇ ਸਾਡੇ ਵੀਰ ਆਪਣੇ ਘਰ ਦੇ ਕੰਮ 'ਤੇ ਆਉਂਦੇ ਆ ਜਾਂ ਡੋਮੈਸਟਿਕ ਵਰਕਰ 'ਤੇ ਜਿਹਨੂੰ ਕਹਿੰਦੇ ਆ, ਵੀ ਉਹਦੇ ਉੱਤੇ ਆਉਂਦੇ ਆ, ਉਸ ਤੋਂ ਬਾਅਦ ਉਹ ਆਪਣਾ ਕੰਮ ਚੇਂਜ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ, ਉਹਦੇ ਵਿੱਚ ਸੈਲਰੀ ਕਿੰਨੀ ਕੁ ਮਿਲ ਜਾਂਦੀ ਆ। ਕਿਉਂਕਿ ਦੋਸਤੋ ਜਿਹੜਾ ਡੋਮੈਸਟਿਕ ਵਰਕਰ ਕੰਮ ਆ ਉਹਦੇ ਵਿੱਚ ਜ਼ਿਆਦਾਤਰ ਤੁਹਾਨੂੰ ਉਹ ਘਰਾਂ ਦਾ ਹੀ ਕੰਮ ਕਰਨਾ ਪੈਂਦਾ ਆ ਜਾਂ ਤਾਂ ਸਿਆਣਿਆਂ ਦੀ ਕੇਅਰ ਹੁੰਦੀ ਆ। ਮੈਂ ਇੱਕ ਦੋ ਰਿਕਾਰਡਿੰਗਾਂ ਵੀ ਵੀਡੀਓ ਦੇ ਨਾਲ ਅਟੈਚ ਕਰ ਦਊਂਗਾ, ਤੁਸੀਂ ਸੁਣ ਸਕਦੇ ਆ ਜਿਹੜੇ ਸਾਡੇ ਵੀਰ ਇੱਥੇ ਕੰਮ ਕਰਦੇ ਆ ਵੀ ਕਿਸ ਤਰੀਕੇ ਨਾਲ ਉਹ ਮੈਨੂੰ ਬਾਅਦ 'ਚ ਮੈਸੇਜ ਕਰਦੇ ਆ ਜਾਂ ਜਿਹੜੇ ਬੰਦੇ ਇੱਥੇ ਹੋਰ ਰਹਿ ਰਹੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਉਹ ਕਿੱਦਾਂ ਉਹ ਕਹਿੰਦੇ ਆ ਵੀ ਵੀਰ ਸਾਡਾ ਕੰਮ ਚੇਂਜ ਕਰਾ ਦਿਓ, ਜਦਕਿ ਇੱਥੇ ਜਿਹੜੀ ਸੱਚਾਈ ਇਹ ਆ ਵੀ ਜਿਹੜੇ ਵੀ ਕੰਮ 'ਤੇ ਤੁਸੀਂ ਆ ਗਏ ਆ, ਚਾਹੇ ਉਹ ਡੋਮੈਸਟਿਕ ਵਰਕਰ 'ਤੇ ਹੋ ਜਾਓ, ਚਾਹੇ ਉਹ ਫਾਰਮਿੰਗ ਲਾਈਨ ਦਾ ਹੋਵੇ, ਚਾਹੇ ਕੋਈ ਜਿੱਦਾਂ ਖੇਤੀਬਾੜੀ ਦਾ ਆ, ਉਹਨਾਂ ਨੂੰ ਬਾਅਦ ਵਿੱਚ ਚੇਂਜ ਕਰਨਾ ਬਹੁਤ ਔਖਾ ਆ, ਚੇਂਜ ਬਹੁਤ ਔਖਾ ਹੁੰਦਾ ਆ। ਕੋਈ ਆ ਵੀ 100 'ਚੋਂ 1-2 ਬੰਦੇ ਜਿਹੜੇ ਚੇਂਜ ਕਰਾ ਲੈਣ, ਕਿਉਂਕਿ ਉਹਦੇ ਵਿੱਚ ਇਹ ਆ ਵੀ ਜੇ ਕਿਸੇ ਦਾ ਕੋਈ ਇੱਥੇ ਜਾਣ ਪਹਿਚਾਣ ਵਾਲਾ ਹੈਗਾ ਆ, ਜਿਹਦੀ ਮਾੜੀ ਮੋਟੀ ਇੱਥੇ ਜਾਣ ਪਹਿਚਾਣ ਹੈਗੀ ਆ, ਉਹਦੇ ਨਾਲ ਉਹ ਗੱਲ ਕਰਕੇ ਜੇ ਉਹ ਤੁਹਾਡਾ ਕੰਮ ਚੇਂਜ ਕਰਵਾ ਦੇਵੇ ਤਾਂ ਕੋਈ ਆ ਵੀ 100 'ਚੋਂ 1-2 ਦਾ ਜਿਹਨਾਂ ਦਾ ਚੇਂਜ ਹੋ ਜਾਂਦਾ, ਨਹੀਂ ਤਾਂ ਇੱਥੇ ਜਿਹੜਾ ਕੰਮ ਆ ਚੇਂਜ ਹੋਣਾ ਬਹੁਤ ਔਖਾ ਆ। ਨਾ ਤਾਂ ਤੁਹਾਨੂੰ ਕੋਈ ਦੁਬਾਰੋ ਮਾਲਕ ਮਿਲਦਾ ਆ, ਨਾ ਕੋਈ ਜੇ ਮਾਲਕ ਮਿਲ ਵੀ ਗਿਆ ਤਾਂ ਮਾਲਕ ਦੁਬਾਰੋ ਵੀਜ਼ਾ ਨਹੀਂ ਲਗਾਉਂਦਾ। ਅਤੇ ਜਿਹੜਾ ਡੋਮੈਸਟਿਕ ਵਰਕਰ ਦਾ ਆ ਉਹਦੇ ਵਿੱਚ ਇੱਦਾਂ ਆ ਵੀ ਤੁਸੀਂ ਜਿਹੜਾ ਡੋਮੈਸਟਿਕ ਵਰਕਰ ਦਾ ਉਹਨੂੰ ਫੈਕਟਰੀ ਦੇ ਵਿੱਚ ਜਾਂ ਹੋਟਲ ਦੇ ਵਿੱਚ ਤੁਸੀਂ ਚੇਂਜ ਕਰਾ ਸਕਦੇ ਆ, ਪਰ ਇੱਥੇ ਜਿਹੜੇ ਮਾਲਕ ਆ ਜਾਂ ਜਿਹੜੇ ਇੱਥੇ ਏਜੰਟ ਆ ਉਹ ਚੇਂਜ ਨਹੀਂ ਕਰਾਉਂਦੇ, ਕਿਉਂਕਿ ਜੇ ਉਹ ਤੁਹਾਡਾ ਵੀਜ਼ਾ ਚੇਂਜ ਕਰਾ ਕੇ ਦੇਣਗੇ ਤਾਂ ਉਹਨਾਂ ਦੇ ਜਿਹੜੇ ਪੈਸੇ ਬਹੁਤ ਘੱਟ ਲੱਗਣੇ ਆ। ਪਰ ਜੇ ਏਜੰਟ ਉਸੇ ਵੀਜ਼ੇ 'ਤੇ, ਮੰਨ ਲਓ ਵੀ ਕਿਸੇ ਹੋਟਲ ਵਾਲੇ ਨੂੰ ਬੰਦਾ ਚਾਹੀਦਾ ਅਤੇ ਜੇ ਉਹਨੇ ਤੁਹਾਡਾ ਵੀਜ਼ਾ ਚੇਂਜ ਕਰਾਤਾ, ਉਹਦੇ ਵਿੱਚ ਤੁਹਾਡੇ ਪੈਸੇ ਥੋੜ੍ਹੇ ਲੱਗਣੇ ਆ, ਹੋਟਲ ਵਾਲੇ ਦੇ ਵੀ ਥੋੜ੍ਹੇ ਲੱਗਣੇ ਆ। ਪਰ ਜੇ ਉਹ ਜਿਹੜਾ ਬੰਦਾ ਆ ਏਜੰਟ ਆ ਉਹਨੂੰ ਬੰਦਾ ਇੰਡੀਆ ਤੋਂ ਮੰਗਾ ਕੇ ਦਊਗਾ ਜਾਂ ਕਿਸੇ ਹੋਰ ਕੰਟਰੀ ਤੋਂ ਮੰਗਾ ਕੇ ਦਊਗਾ ਤਾਂ ਉਹ ਬੰਦੇ ਨੇ ਉਹਦੇ ਕੋਲੋਂ 100,000 ਰੁਪਈਆ ਜਿਹੜਾ ਆ ਲੈਣਾ ਆ। ਇਸ ਕਰਕੇ ਜਿਹੜੇ ਏਜੰਟ ਆ ਉਹ ਵੀ ਬਹੁਤ ਘੱਟ ਚੇਂਜ ਕਰਾਉਂਦੇ ਆ, ਉਹਦਾ ਜਾਣੀ ਕਿ ਜੇ ਤੁਸੀਂ ਕਹੋਗੇ ਤਾਂ ਉਹ ਕਹਿੰਦੇ ਆ ਜੀ ਨਹੀਂ ਜੀ ਵੀਜ਼ਾ ਅਸੀਂ ਨਹੀਂ ਚੇਂਜ ਕਰਾ ਸਕਦੇ, ਨਾ ਹੀ ਵੀਜ਼ਾ ਤੁਹਾਡਾ ਜਿਹੜਾ ਉਹ ਚੇਂਜ ਹੋਣਾ ਆ। ਪਰ ਇਹ ਹੈਗਾ ਵੀ ਡੋਮੈਸਟਿਕ ਵਰਕਰ ਦਾ ਜਿਹੜਾ ਵੀਜ਼ਾ ਉਹ ਤੁਸੀਂ ਚੇਂਜ ਕਰਾ ਸਕਦੇ ਆ, ਉਹਨੂੰ ਤੁਸੀਂ ਹੋਟਲ ਦੇ ਵਿੱਚ ਵੀ ਚੇਂਜ ਕਰਾ ਸਕਦੇ ਆ, ਕਿਸੇ ਫੈਕਟਰੀ ਦੇ ਵਿੱਚ ਵੀ, ਬਸ ਇਹ ਆ ਵੀ ਉਹ ਫਾਰਮ 'ਤੇ ਚੇਂਜ ਨਹੀਂ ਹੋਣਾ, ਠੀਕ ਹੈ ਜੀ। ਅਤੇ ਦੂਜੀ ਜਿਹੜੀ ਇਹਦੇ ਵਿੱਚ ਸੈਲਰੀ ਆ, ਕਈਆਂ ਨੂੰ 350 ਮਿਲਦਾ, ਕਈਆਂ ਨੂੰ 400 ਮਿਲਦਾ, ਇਸ ਤੋਂ ਵੱਧ ਨਹੀਂ ਮਿਲਦਾ। ਕਿਉਂਕਿ ਇੱਕ ਸਾਡਾ ਵੀਰ ਕੱਲ੍ਹ ਹੀ ਮੇਰੇ ਨਾਲ ਗੱਲ ਕਰਦਾ ਸੀਗਾ ਅਤੇ ਉਹਨੇ ਮੈਨੂੰ ਮੈਸੇਜ ਵੀ ਪਾਇਆ, ਰਿਕਾਰਡਿੰਗ ਪਾਈਆਂ, ਮੈਂ ਤੁਹਾਨੂੰ ਪਹਿਲਾਂ ਇੱਕ ਉਹਦੀ ਰਿਕਾਰਡਿੰਗ ਸੁਣਾਉਂਦਾ ਹਾਂ, ਤੁਸੀਂ ਆ ਮੈਂ ਨਾਲ ਅਟੈਚ ਕਰ ਦਿੰਦਾ, ਤੁਸੀਂ ਸੁਣ ਲਓ, ਸੁਣ ਕੇ ਉਹ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਭਾਅ ਜੀ?
ਭਾਅ ਜੀ ਇੱਕ ਤਾਂ ਪੜ੍ਹ ਕੇ ਦੱਸਿਓ ਮੈਨੂੰ, ਅਤੇ ਭਾਅ ਜੀ ਇੱਕ ਰਿਕੁਐਸਟ ਵਾਲੀ ਗੱਲ ਹੈ, ਜੇ ਕਿਤੇ ਜੋਬ ਹੈਗੀ ਆ ਤਾਂ ਭਾਅ ਜੀ ਕਿਤੇ ਤੁਸੀਂ ਲਵਾ ਸਕਦੇ ਮੈਨੂੰ ਕਿਸ ਜਗ੍ਹਾ 'ਤੇ? ਇੰਨੀ ਕੁ ਰਿਕੁਐਸਟ ਵਾਲੀ ਗੱਲ ਹੈ ਭਾਅ ਜੀ, ਤੁਹਾਨੂੰ ਵੀ ਮੈਂ ਪਰੇਸ਼ਾਨ ਕਰਦਾ ਰਿਹਾ, ਮੈਨੂੰ ਬਹੁਤ ਸ਼ਰਮ ਜੀ ਇਹ ਗੱਲ ਦੀ ਆਉਂਦੀ ਆ। ਭਾਅ ਜੀ ਇਹ ਮੈਨੂੰ 350 ਯੂਰੋ ਸਿਰਫ ਸੈਲਰੀ ਮਿਲਣ ਲਈ ਇੱਥੇ, ਅਤੇ ਇੰਨੇ ਨਾ ਤਾਂ ਤੁਹਾਡੇ ਅੱਗੇ ਕਹਦਾ ਵੀ ਮਤਲਬ ਮੇਰਾ ਵਿਆਜ ਵੀ ਨਹੀਂ ਪੂਰਾ ਹੋਣ ਡਿਆ, ਘਰੋਂ ਵੀ ਮਾਤੜਿਆ ਆਪਣਾ, ਐਡਾ ਕੋਈ ਵੱਡਾ ਕੰਮ ਨਹੀਂ, ਪਿੱਛੇ ਵੀ ਹੈਗਾ, ਮੈਂ ਤਾਂ ਸਾਰਾ ਕੁਛ ਵਿਆਜੀ ਵਿਊਜੀ ਚੁੱਕ ਕੇ ਆਇਆ ਭਾਅ ਜੀ, ਅਤੇ ਇਹ ਤਾਂ ਮੇਰੇ ਵਿਆਜ 'ਚ ਹੀ ਜਾਈ ਜਾਣ ਡਏ, ਅਤੇ ਮੈਂ ਤਾਂ ਇੱਕ ਸੇਵਾ ਹੀ ਕਰਨ ਡਿਆ ਜੀ ਇੱਥੇ ਆਣ ਕੇ। ਅਤੇ ਰਿਕੁਐਸਟ ਵਾਲੀ ਗੱਲ ਹੈ ਭਾਅ ਜੀ, ਜੇ ਕਿਤੇ ਜੋਬ ਚੰਗੀ ਹੈਗੀ ਤਾਂ ਉੱਥੇ ਮੈਨੂੰ ਲਵਾ ਦਿਉ, ਠੀਕ ਹੈ ਭਾਅ ਜੀ? ਵੈਸੇ ਮੈਂ ਗੱਡੀ ਗੁੱਡੀ ਵੀ ਡਰਾਈਵਰ ਹਾਂ, ਇੰਡੀਆ 'ਚ ਮੈਂ ਡਰਾਈਵਰੀ ਕਰਦਾ ਰਿਹਾ ਟਰੱਕ 'ਤੇ, ਅਤੇ ਨੋਵਾ ਨਵਾ ਵਗੈਰਾ ਮੈਂ ਗੱਡੀ ਸਾਰੀਆਂ ਚਲਾ ਲੈਂਦਾ, ਡਰਾਈਵਰ ਹਾਂ ਮੈਂ। ਭਾਅ ਜੀ ਜੋ ਵੀ ਕੰਮ ਹੋਊਗਾ ਮੈਂ ਉਹੀ ਕਰ ਲਵਾਂਗਾ, ਇੱਥੇ ਤਾਂ ਭਾਅ ਜੀ ਸੈਲਰੀ ਨਹੀਂ ਹੈਗੀ, 350 ਦੇ ਡੇ ਤੋਂ ਵੱਧ ਤਾਂ ਮੇਰਾ ਵਿਆਜ ਹੀ ਜਾਈ ਜਾਣ ਡਿਆ ਇੰਡੀਆ ਦੇ ਵਿੱਚ। ਰਿਕੁਐਸਟ ਵਾਲੀ ਗੱਲ ਹੈ ਭਾਅ ਜੀ, ਬੇਨਤੀ ਹੈ ਤੁਹਾਡੇ ਅੱਗੇ। ਭਾਅ ਜੀ ਮੈਨੂੰ ਤਾਂ ਇੱਥੇ ਆਣ ਕੇ ਪਤਾ ਲੱਗਾ ਸੀ, ਮੈਨੂੰ ਤਾਂ ਕਹਿੰਦੇ ਸੀ ਤੂੰ ਡਰਾਈਵਰੀ ਕਰਨੀ ਹੈ ਕਿਸੇ ਦੇ ਘਰ ਦੀ ਗੱਡੀ ਚਲਾਉਣੀ ਹੈ, ਠੀਕ ਹੈ ਜੀ? ਇੱਥੇ ਗੱਡੀ ਗੁੱਡੀ ਚਲਾਉਣ ਦਾ ਨਹੀਂ ਹੈਗਾ, ਬਸ ਮੈਨੂੰ ਮਤਲਬ ਘਰ ਦਾ ਹੀ ਇੱਕ ਬਜ਼ੁਰਗ ਹੈ ਉਹਦੀ ਕੇਅਰ ਜੀ ਕਰਦੇ ਆ ਜੀ, ਉਹਨੂੰ ਚੁੱਕ ਕੇ ਬਹਾ ਬੂ ਦਿੱਤਾ, ਬਸ ਇਹੀ ਕੰਮ ਹੈ ਜੀ, ਘਰ ਦਾ ਕੰਮ ਹੀ ਹੈ ਜੀ। ਅਤੇ ਦੋਸਤੋ ਦੇਖ ਲਓ ਤੁਸੀਂ ਸੁਣ ਲਿਆ ਉਹ ਵੀਰ ਕਿੱਦਾਂ ਕਹਿੰਦਾ ਆ ਵੀ ਮੈਨੂੰ ਇੱਥੇ ਜਿਹੜਾ ਕੰਮ ਆ ਵੀ 350 ਯੂਰੋ ਸੈਲਰੀ ਮਿਲਦੀ ਆ। ਅਤੇ ਚਲੋ ਉਹ ਆਪਾਂ ਜਿਹੜੀ ਰਿਕਾਰਡਿੰਗ ਆ ਉਹ ਵੀਰ ਦੇ ਪੁੱਛੇ ਤੋਂ ਬਗੈਰ ਨਾਲ ਅਟੈਚ ਕਰਤੀ ਆ, ਪਰ ਫਿਰ ਵੀ ਸਾਨੂੰ ਇਹ ਹੁੰਦਾ ਵੀ ਜੇ ਸਾਡਾ ਕੋਈ ਵੀ ਵੀਰ ਸਾਡੇ ਨਾਲ ਜੁੜਿਆ ਆ ਜਾਂ ਜਿਹੜਾ ਕੋਈ ਵੀ ਸਾਡੀ ਵੀਡੀਓ ਦੇਖਦਾ ਆ ਉਹਨੂੰ ਸਹੀ ਗਾਈਡ ਹੋਵੇ, ਉਹ ਉਹਨੂੰ ਪਤਾ ਵੀ ਇੱਥੇ ਆ ਕੇ ਕੀ ਹਾਲਾਤ ਆ, ਕਿੰਨੀ ਕੁ ਸਾਨੂੰ ਸੈਲਰੀ ਜਿਹੜੀ ਆ ਮਿਲੂਗੀ ਜਾਂ ਕੀ ਇੱਥੇ ਆ ਕੇ ਉਹਨਾਂ ਨਾਲ ਜਿਹੜਾ ਆ ਹੋ ਸਕਦਾ ਆ। ਇਸ ਕਰਕੇ ਜਿਹੜਾ ਉਹ ਵੀਰ ਦੂਜੀ ਗੱਲ ਇਹ ਵੀ ਕਹਿੰਦਾ ਸੀ ਵੀ ਮੈਂ ਜੇ ਪੁਰਤਗਾਲ ਮੂਵ ਹੋਣਾ ਹੋਵੇ ਤਾਂ ਮੂਵ ਹੋਣ ਦੀਆਂ ਆਪਾਂ ਬਹੁਤ ਵੀਡੀਓ ਪਾਈਆਂ, ਪਰ ਜਿਹੜਾ ਦੋਸਤੋ ਮੂਵ ਹੋਣਾ ਵੀ ਬਹੁਤ ਮੁਸ਼ਕਲ ਆ। ਅੱਗੇ ਇਹ ਸੀਗਾ ਵੀ ਜਿਹੜੀ ਅੱਗੇ ਡੌਂਕੀ ਲੱਗ ਜਾਂਦੀ ਸੀਗੀ, ਹੁਣ ਡੌਂਕੀ 'ਤੇ ਵੀ ਬਹੁਤ ਜਿਹੜੀ ਆ ਸਖਤਾਈ ਹੋਈ ਆ। ਮੇਰੇ ਖੁਦ ਦੇ 3 ਫਰੈਂਡ ਡੌਂਕੀ ਲਾਉਣ ਲਈ ਗਏ ਸੀਗੇ ਅਤੇ ਮੂਹਰੇ ਬਾਰਡਰ 'ਤੇ ਉਹਨਾਂ ਨੂੰ ਫੜ ਲਿਆ ਅਤੇ ਉਹਨਾਂ ਨੂੰ ਡਿਪੋਰਟ ਕਰਕੇ ਇੰਡੀਆ ਵਾਪਸ ਭੇਜਤਾ। ਉਹ ਸਾਈਪ੍ਰੈਸ ਤੋਂ ਵੀ ਗਏ ਅਤੇ ਉੱਥੇ ਅੱਗੇ ਜਾਣ ਤੋਂ ਵੀ ਗਏ। ਇਸ ਕਰਕੇ ਆ ਵੀ ਜੇ ਤੁਸੀਂ ਜਾਣਾ ਆ ਤਾਂ ਜੈਨੂਅਨ ਤਰੀਕੇ ਨਾਲ ਜਾਓ, ਆਪਣੇ ਪੇਪਰ ਵਰਕ ਪੂਰੇ ਰੱਖੋ, ਅਕਾਊਂਟ ਦੇ ਵਿੱਚ ਪੈਸੇ ਰੱਖੋ, ਮਾਲਕਾਂ ਨਾਲ ਥੋੜ੍ਹੀ ਜਿਹੀ ਬਣਾ ਕੇ ਰੱਖੋ, ਮਾਲਕਾਂ ਤੋਂ ਪੇਪਰ ਲੈ ਕੇ ਸਾਰਾ ਕੁਛ ਕਰਕੇ ਫਿਰ ਜਿਹੜਾ ਆ ਤੁਸੀਂ ਉਹ ਅੱਗੇ ਮੂਵ ਹੋ ਸਕਦੇ ਆ। ਜੇ ਤੁਸੀਂ ਕਹੋ ਵੀ ਅਸੀਂ ਅਨਲੀਗਲ ਉਹ ਤਰੀਕੇ ਨਾਲ ਅੱਗੇ ਮੂਵ ਹੋ ਜਾਵਾਂਗੇ, ਉਹ ਬਹੁਤ ਔਖਾ ਆ। ਉਹਦੇ ਵਿੱਚ ਅਨਲੀਗਲ ਉਹ ਤਰੀਕੇ ਨਾਲ ਮੂਵ ਹੋਣਾ ਹੁਣ ਦੇ ਟਾਈਮ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆ। ਹਾਂ ਇਹ ਆ ਵੀ ਜੇ ਜੈਨੂਅਨ ਤਰੀਕੇ ਨਾਲ ਜਾਣਾ ਤਾਂ ਤੁਸੀਂ ਉਹਦੇ ਵਿੱਚ ਆਪਣਾ ਪੇਪਰ ਵਰਕ ਪੂਰਾ ਰੱਖੋ, ਫਿਰ ਤੁਸੀਂ ਜੈਨੂਅਨ ਤਰੀਕੇ ਨਾਲ ਟਰਾਈ ਕਰੋ ਤਾਂ ਫਿਰ ਤੁਸੀਂ ਜਿਹੜਾ ਇੱਥੋਂ ਮੂਵ ਹੋ ਸਕਦੇ ਆ। ਤਾਂ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਆ ਇੰਨੀ ਕਰਨੀ ਸੀ, ਕਿਉਂਕਿ ਮੈਂ ਸਾਡੇ ਜਦੋਂ ਵੀਰ ਨੇ ਇਹ ਸਾਰੀ ਗੱਲਬਾਤ ਮੇਰੇ ਨਾਲ ਕੀਤੀ ਸੀ ਤਾਂ ਉਸ ਤੋਂ ਬਾਅਦ ਮੈਨੂੰ ਲੱਗਾ ਸੀ ਵੀ ਯਾਰ ਆਪਾਂ ਨੂੰ ਇਸ ਜਿਹੜੀ ਇਸ ਕੰਮ ਦੇ ਉੱਤੇ ਸਾਨੂੰ ਵੀਡੀਓ ਕਰਨੀ ਚਾਹੀਦੀ ਆ ਕਿ ਜਿਹੜਾ ਡੋਮੈਸਟਿਕ ਵਰਕਰ ਦਾ ਵੀਜ਼ਾ ਆ ਤੁਸੀਂ ਚੇਂਜ ਕਰਾ ਸਕਦੇ ਆ, ਪਰ ਚੇਂਜ ਨਹੀਂ ਹੁੰਦਾ, ਬਹੁਤ ਮੁਸ਼ਕਲ ਆ। ਤਾਂ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਇੰਨੀ ਕਰਨੀ ਸੀ, ਕੋਈ ਹੋਰ ਇਨਫੋਰਮੇਸ਼ਨ ਲੈ ਕੇ ਜਲਦੀ ਆਵਾਂਗੇ। ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।